ਕਈ ਕਿਸਾਨ ਵੀਰ ਖੜੇ ਝੋਨੇ ਜਾਂ ਬਾਸਮਤੀ ਦੇ ਵਿੱਚ ਛਿੱਟੇ ਨਾਲ ਕਣਕ ਦੀ ਬਿਜਾਈ ਬਾਰੇ ਪੁੱਛ ਰਹੇ ਸੀਗੇ ਤਾਂ ਉਹਨਾਂ ਵੀਰਾਂ ਦੇ ਲਈ ਇਹ ਵੀਡੀਓ ਹੈ ਤਾਂ ਦੋਸਤੋ ਇਹ ਉਹਨਾਂ ਖਸਾਨਾਂ ਦੇ ਲਈ ਹੈ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਬਾਸਮਤੀ ਜਾਂ ਝੋਨਾ ਹਜੇ ਕਾਫੀ ਧੀਰ ਲੈ ਰਿਹਾ ਹੈ ਵਧਣ ਦੇ ਵਿੱਚ ਤੇ ਉਹਨਾਂ ਨੂੰ ਲੱਗਦਾ ਕਿ ਸਾਡੀ ਕਣਕ ਬਹੁਤ ਲੇਟ ਹੋ ਜਾਣੀ ਹੈ ਤਾਂ ਉਹ ਸਥਿਤੀ ਦੇ ਵਿੱਚ ਅਸੀਂ ਇਹ ਵਿਧੀ ਅਪਣਾ ਸਕਦੇ ਹਾਂ ਵੈਸੇ ਜਿਹੜੀ ਵਿਧੀ ਹੈ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਉਹਨਾਂ ਖੇਤਾਂ ਅਸਤੇ ਰეკਮੈਂਡ ਕੀਤੀ ਹੈ ਕਿ ਜਿੱਥੇ ਜ਼ਮੀਨਾਂ ਤਾਂ ਭਾਰੀਆਂ ਡੱਕਰ ਹੈ ਤੇ ਉਹਨਾਂ ਨੂੰ ਭਾਰਾ ਪਾਣੀ ਜਿਹੇ ਸੋਡੀਅਮ ਜ਼ਿਆਦਾ ਹੈਗਾ ਉਹ ਪਾਣੀ ਲੱਗਦਾ ਹੈ ਤੇ ਕਈ ਕੀ ਦਿਨ ਉਹ ਜ਼ਮੀਨ ਵਤ ਨਹੀਂ ਆਉਂਦੀ ਤਾਂ ਉਹਨਾਂ ਜ਼ਮੀਨਾਂ ਦੇ ਵਿੱਚ ਝੋਨਾ ਵੜਨ ਚ ਲੇਟ ਹੋ ਜਾਂਦਾ ਉਹਨਾਂ ਦੇ ਲਈ ਇਹ ਵਿਧੀ ਰეკਮੈਂਡ ਕੀਤੀ ਸੀਗੀ ਤਾਂ ਲੇਕਿਨ ਸਾਡੇ ਕੁਝ ਕਿਸਾਨ ਹੈ ਜਿਨ੍ਹਾਂ ਦਾ ਖੇਚੌਣਾ ਜਾਂ ਬਾਸਮਤੀ ਕਾਫੀ ਲੇਟ ਹੋ ਗਿਆ ਹੈ ਉਹ ਇਸ ਤਰੀਕੇ ਦੇ ਨਾਲ ਵੇਚਣਾ ਚਾਹੁੰਦੇ ਆ ਤਾਂ ਆਪਾਂ ਇੱਥੇ ਗੱਲ ਕਰਦੇ ਆਂ ਸਭ ਤੋਂ ਪਹਿਲੀ ਗੱਲ ਵੈਸੇ ਦੇ ਲਈ ਬੈਸਟ ਟਾਈਮ ਜਿਹੜਾ ਹੈਗਾ ਅਕਤੂਬਰ ਹੈ ਅਕਤੂਬਰ ਦੇ ਵਿੱਚ ਬਜਾਈ ਕੀਤੀ ਜਾਵੇ ਪਰੰਤੂ ਜੇ ਤੁਸੀਂ ਹੁਣ ਕਰਨੀ ਚਾਹੁੰਦੇ ਹੋ ਤਾਂ ਪਹਿਲੀ ਗੱਲ ਤੁਹਾਡਾ ਜਿਹੜਾ ਬੀਜ ਹੈ ਉਹਨੂੰ ਚੰਗੇ ਤਰੀਕੇ ਦੇ ਨਾਲ ਸੋਧ ਲਓ ਬਾਸਮਤੀ ਨੂੰ ਆਖਰੀ ਪਾਣੀ ਦੇਣ ਤੋਂ ਤੁਰੰਤ ਪਹਿਲਾਂ ਜਾਂ ਤਰੰਤ ਬਾਅਦ ਖੇਤ ਦੇ ਵਿੱਚ ਕਣਕ ਦੇ ਬੀਜ ਦਾ ਛਿੱਟਾ ਇੱਕ ਸਾਰ ਛਿੱਟਾ ਕੱਲੇ ਬੀਜ ਦਾ ਨਾਲ ਖਾਦ ਨਹੀਂ ਸੋਧਿਆ ਹੋਇਆ ਬੀ ਦਵਾਈ ਕੀਟਨਾਸ਼ਕ ਤੇ ਉਲੀਨਾਸ਼ਕ ਨਾਲ ਸੋਧਿਆ ਹੋਇਆ ਬੀ ਖੇਤ ਦੇ ਵਿੱਚ ਇੱਕ ਸਾਰ ਛਿੱਟਾ ਦੇ ਦੇਣਾ ਹੈ ਹੋ ਸਕੇ ਤਾਂ ਦੂਰਾ ਛਿੱਟਾ ਦੇਵੋ ਤੇ ਖੇਤ ਦੇ ਵਿੱਚ ਪ੍ਰੋਪਰ ਨਮੀ ਹੋਵੇ ਤਾਂ ਕਿ ਉਹ ਉੱਗ ਪਵੇ ਇਸ ਤੋਂ ਬਾਅਦ ਦੇ ਵਿੱਚ ਖੇਤ ਦੀ ਕਟਾਈ ਕੀਤੀ ਜਾਂਦੀ ਹੈ ਹੁਣ ਹਰਿਆਣੇ ਵਾਲੇ ਵੀਰ ਤਾਂ ਕੀ ਕਰਦੇ ਕਿ ਹੱਥ ਨਾਲ ਕਟਾਈ ਕਰ ਲੈਂਦੇ ਆ ਪਰੰਤੂ ਜੇਕਰ ਅਸੀਂ ਸੁਪਰ ਐਸ ਐਮ ਐਸ ਲੱਗੀ ਮਸ਼ੀਨ ਦੇ ਨਾਲ ਝੋਨਾ ਜਾਂ ਬਾਸਮਤੀ ਕਟਾਈਏ ਤਾਂ ਉਹਦਾ ਲਾਭ ਜ਼ਿਆਦਾ ਹੈ ਜੇਕਰ ਤੁਸੀਂ ਸੁਪਰ ਐਸ ਐਮ ਐਸ ਲੱਗੀ ਮਸ਼ੀਨ ਦੇ ਨਾਲ ਝੋਨਾ ਜਾਂ ਬਾਸਮਤੀ ਨਹੀਂ ਕਟਵਾ ਰਹੇ ਤੇ ਸਧਾਰਨ ਮਸ਼ੀਨ ਦੇ ਨਾਲ ਕਟਵਾ ਰਹੇ ਹੋ ਤਾਂ ਉਸ ਸਥਿਤੀ ਦੇ ਵਿੱਚ ਜਿਹੜੀ ਪਿਛਲੇ ਪਾਸੇ ਪਰਾਲੀ ਦੀ ਲੱਦ ਹੈ ਉਹ ਤੁਹਾਨੂੰ ਪਤਲੀ-ਪਤਲੀ ਸਾਰੇ ਖੇਤ ਦੇ ਵਿੱਚ ਖਿਲਾਰਨੀ ਪਊਗੀ। ਅੱਜਕੱਲ ਕੁਝ ਮੁੰਡਿਆਂ ਨੇ ਇੱਕੋ ਪਿੱਛੇ ਪੀਟੀਓ ਤੇ ਚੱਲਣ ਵਾਲਾ ਡੰਡਾ ਜਾਂ ਬਣਾਇਆ ਉਹ ਸਾਰੇ ਖੇਤ ਬਰਾਬਰ ਖਿਲਾਰ ਦਿੰਦਾ ਤਾਂ ਪਰਾਲੀ ਬਰਾਬਰ ਖਿਲਾਰਨੀ ਪਏਗੀ। ਜਿਸ ਟਾਈਮ ਤੇ ਖੇਤ ਨੂੰ ਪਹਿਲਾ ਪਾਣੀ ਦੇਣਾ ਉਸ ਟਾਈਮ ਤੇ ਖੇਤ ਨੂੰ ਜਿੰਨੀ ਡੀਏਪੀ ਹੈ ਉਹ ਤੇ ਅੱਧੀ ਮਾਤਰਾ ਯੂਰੀਆ ਦੀ ਨਾਈਟ੍ਰੋਜਨ ਦੀ ਮੈਂ ਕਿ ਜਿੰਨੀ ਟੋਟਲ ਯੂਰੀਆ ਦੇਣੀ ਉਹੋ ਉਹਦਾ ਅੱਧ ਤੇ ਸਾਰੀ ਡੀਏਪ ਤੁਸੀਂ ਪਹਿਲੇ ਪਾਣੀ ਤੇ ਖੇਤ ਦੇ ਵਿੱਚ ਪਾ ਦੇਣੀ ਹੈ। ਬਾਕੀ ਅੱਧੇ ਯੂਰੀਆ ਦੂਜੇ ਪਾਣੀ ਤੇ ਜਾਂ ਜੇਕਰ ਉਹਦੇ ਪਹਿਲਾਂ بارش ਹੁੰਦੀ ਤੇ بارش ਦੇ ਉੱਪਰ ਪਾ ਦੇਣੀ ਹੈ। ਮਤਲਬ ਕਿ ਅਸੀਂ ਬੀਜਣ ਤੋਂ 50-55 ਦਿਨ ਦੇ ਵਿੱਚ ਵਿੱਚ ਜਿਹੜੇ ਯੂਰੀਆ ਆਪਣੀ ਉਹਦੇ ਵਿੱਚ ਪੂਰੀ ਕਰ ਦੇਣੀ ਹੈ। ਬਾਕੀ ਆਪਰੇਸ਼ਨ ਆਮ ਕਣਕ ਦੀ ਬਜਾਈ ਵਾਲੇ ਚੱਲਣਗੇ ਜਿਵੇਂ ਬਾਕੀ ਚੱਲਦੇ ਆ ਬਸ ਇਹ ਚ ਬੀ ਦਾ ਛਿੱਟਾ ਪਹਿਲਾਂ हां ਜਿਹੜੀ ਜ਼ਮੀਨ ਮਾੜੀ ਐ ਖਾਰਾੰਗ ਜ਼ਿਆਦਾ ਹੈਗਾ ਉਹਦੇ ਵਿੱਚ 55 ਤੋਂ 60 ਕਿਲੋਗ੍ਰਾਮ ਬੀਜ ਵਰਤਿਆ ਜਾਊਗਾ ਜੇਸ ਸਿਸਟਮ ਦੇ ਲਈ ਐ ਵਿਧੀ ਐ ਪਰੰਤੂ ਜਿਹੜੀਆਂ ਆਮ ਜ਼ਮੀਨਾਂ ਚੰਗੀਆਂ ਜ਼ਮੀਨਾਂ ਹੈਗੀਆਂ ਜਿਹੜੀਆਂ ਬੀ ਨਹੀਂ ਰੱਖਦੀਆਂ ਉੱਥੇ ਅਸੀਂ ਜਿਹੜਾ ਹੈਗਾ 45 ਤੋਂ 50 ਕਿਲੋਗ੍ਰਾਮ ਬੀਜ ਦਾ ਪ੍ਰਤੀ ਕਿੱਲਾ ਛਿੱਟਾ ਦੇਵਾਂਗੇ ਖੇਤ ਵੜਨ ਲੱਗਿਆਂ ਧਿਆਨ ਰਵੇ ਕਿ ਖੇਤ ਦੇ ਵਿੱਚ ਇੰਨੀ ਕੋ ਜ਼ਿਆਦਾ ਨਮੀ ਨਾ ਹੋਵੇ ਕੇ ਲਾਈਨਾ ਜਿਹੜੀਆਂ ਲੀਆਂ ਪੈ ਜਾਂਨ ਲੀਆਂ ਪੈ ਜਾਂਦਾ ਫਿਰ ਦਿੱਕਤ ਹੁੰਦੀ ਹੈ ਉਸ ਜਗ੍ਹਾ ਪਾਣੀ ਵਗੈਰਾ ਪਰ ਜਾਂਦਾ ਖੇਤ ਚੰਗੇ ਤਰੀਕੇ ਨਾਲ ਵੱਤ ਹੋਵੇ ਉਸੇ ਤਰੀਕੇ ਉਦੋਂ ਹੀ ਵੜਾਓ ਬਾਕੀ ਕਈ ਕਿਸਾਨ ਵੀਰ ਇਸ ਤਰੀਕੇ ਦੇ ਨਾਲ ਕਣਕ ਦੀ ਬਿਜਾਈ ਕਰ ਰਹੇ ਹੈ ਤੇ ਕਾਮਯਾਬੀ ਦੇ ਨਾਲ ਰਿਜ਼ਲਟ ਲੈ ਰਹੇ ਹੈ ਚੰਗਾ ਤਰੀਕਾ ਕੋਈ ਮਾੜਾ ਨਹੀਂ ਹੈਗਾ ਕਿਉਂਕਿ ਜੇ ਕਣਕ ਅਸੀਂ ਹੁਣ ਖੜੀ ਜਿਹੜੀ ਬਾਸਮਤੀ ਹੁਣ ਖੇਤਾਂ ਚ ਖੜੀ ਹੈ ਜੇ ਅਸੀਂ ਇੰਤਜ਼ਾਰ ਕਰਾਂਗੇ ਕਿ 15 ਦਿਨ ਬਾਅਦ ਇਹ ਵੱਢੀ ਜਾਊਗੀ ਤੇ ਫੇਰ ਬੀਜਾਂਗਾ ਤਾਂ ਉਹਦੇ ਨਾਲ ਉਹ ਛਿੱਟਾ ਦੇਣਾ ਅੱਜ ਬੈਸਟ ਤਰੀਕਾ ਹੈਗਾ ਨਾਲੇ ਪਰਾਲੀ ਜਿਹੜੀ ਖੇਤ ਦੀ ਖੇਤ ਵਿੱਚ ਸੰਭਾਲੀ ਜਾਂਦੀ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ